हाँ जी, गुड मॉर्निंग दोस्तों। दोस्तों मैं करमजीत बावा फिर एक तुहाडे सामने बड़ा जबरदस्त अमेजिंग रिजल्ट लेके आ रहा हाँ। जिवें तुसीं जाणदे हो वेस्टी दे सारे प्रोडक्ट ही बहुत वधिया ने। अज मैं गल करन जा रहा खेतीबाड़ी दे प्रोडक्ट ते। दोस्तों सीजन चल रहा वा, कणक की बिजाई हुई आ, कणक हुण 35 तों 40 दिनां दी हर एक जिमीदार की हो चुकी आ, ते उहनां ते रिजल्ट साडे आउणे स्टार्ट हो गए ने। अज मैं मडियाणी पिंड आया वा रणधीर सिंह जी कोल, ते इन्हां ने साडे कहिंदे प्रोडक्ट पाए सीगे ते उहनां दा बड़ा वधिया अज रिजल्ट आया होया। आपां सुणदे आ रणधीर सिंह जी कोलों। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਕੀ ਰਿਜ਼ਲਟ ਆਇਆ ਤੁਹਾਨੂੰ? ਪਹਿਲਾਂ ਤਾਂ ਕਣਕ ਕਦੋਂ ਬੀਜੀ ਸੀਗੀ? ਕਣਕ ਆਪਾਂ 10 ਤਰੀਕ ਨੂੰ ਬੀਜੀ ਸੀ ਜੀ। ਅੱਛਾ, 10 ਤਰੀਕ ਨੂੰ ਬੀਜੀ, ਯਾਨੀ ਨਵੰਬਰ ਨੂੰ। ਹਾਂਜੀ, ਅੱਜ ਤਕਰੀਬਨ 14 ਤਰੀਕ ਆ ਤੇ ਇਹ ਤੁਹਾਡੀ ਹੋ ਗਈ 34 ਦਿਨ ਦੀ ਫਸਲ ਹੋ ਗਈ। ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਇਹਨੂੰ ਬੀਜ ਨਾਲ ਲਾ ਕੇ ਬੀਜਿਆ ਸੀਗਾ? ਬੀਜ ਨਾਲ ਕਿਵੇਂ ਤੁਸੀਂ ਸਾਨੂੰ ਕਿਹਾ ਸੀਗਾ ਉਵੇਂ ਸੋਧ ਕੇ ਅਸੀਂ ਬੀਜੀ ਆ, ਕਿਹੜੀ ਅਸੀਂ ਦਵਾਈ ਕਿਹਾ ਸੀਗਾ ਉਹ ਉਦਾਂ ਕਰਕੇ ਸੋਧ ਕੇ ਪੂਰੀ ਬੀਜ ਕੇ ਇੱਕ ਇਹਨੂੰ ਰਿਓ ਲਾਇਆ ਵਾ, ਰਿਓ ਦੇ ਨਾਲ ਲੱਕੜੀ ਦਵਾਈ ਦਿੱਤੀ ਸੀ ਉਹ ਵੀ ਲਾ ਕੇ ਇੱਕ ਵਾਰੀ ਰਿਓ ਲਾਇਆ ਕਿ ਪਾਣੀ ਲਾਤਾ। ਹੁਣ ਕਣਕ ਦਾ ਰਿਜ਼ਲਟ ਦੇਖੋ ਪੂਰੀ ਵਧੀਆ ਖੜੀ ਆ, ਨਾ ਇਹ 'ਚ ਪੀਲਾਪਣ ਪਣ ਆਇਆ ਵਾ, ਅਤੇ ਕੋਈ ਵੀ ਕਣਕ 'ਚ ਕੋਈ ਧੱਬਾ ਨਹੀਂ ਹੈਗਾ। ਕਣਕ ਤੁਸੀਂ ਦੇਖ ਹੀ ਸਕਦੇ ਹੋ ਕਿਹੋ ਜਿਹੀ ਕਲਰ, ਬੜਾ ਵਧੀਆ ਵਾ। ਹਾਂਜੀ, ਅਸੀਂ ਇਹਨਾਂ ਨੂੰ ਪਹਿਲਾਂ ਗ੍ਰੈਨੂਅਲ ਦਿੱਤਾ ਸੀ ਅਤੇ ਬੀਜ ਸੋਧਣ ਲਈ ਹੋਮਿਕ ਦਿੱਤਾ ਸੀ। ਜਦੋਂ ਜ਼ਮੀਨ ਤਿਆਰ ਕਰਾਈ ਸੀ ਗ੍ਰੈਨੂਅਲ ਪਵਾਇਆ ਸੀ ਅਤੇ ਹੋਮਿਕ ਬੀਜ ਸੋਧਣ ਲਈ ਪਾਇਆ ਸੀ, ਉਸ ਤੋਂ ਬਾਅਦ ਐਗਰੀ 82 ਅਤੇ ਹੋਮਿਕ ਪਵਾਇਆ, ਅਤੇ ਉਹਦੇ ਨਾਲ ਰਿਜ਼ਲਟ ਇੰਨਾ ਵਧੀਆ, ਕਣਕ ਦੀ ਫਸਲ ਮੰਨ ਲਓ ਇਹਨਾਂ ਦੀ ਬਹੁਤ ਵਧੀਆ ਹੋਈ ਆ। ਅਤੇ ਤੁਸੀਂ ਰਣਧੀਰ ਸਿੰਘ ਜੀ ਜ਼ਿਮੀਦਾਰ ਕਿਸੇ ਪਿੰਡ 'ਚੋਂ ਵੀ ਦਿਖਾਇਆ ਕਿਸੇ ਨੂੰ? ਹਾਂਜੀ, ਇੱਕ ਦੋ ਨੂੰ ਮੈਂ ਦਿਖਾਇਆ ਜੀ ਹਜੇ। ਅਤੇ ਉਹ ਕੀ ਕਹਿੰਦੇ? ਕਣਕ ਦੇਖ ਕੇ ਕਹਿੰਦੇ ਕਣਕ ਦੂਜੀ ਕਣਕ ਨੂੰ ਹੋਰ ਆਪਣੇ ਵੱਟ ਦੇ ਨਾਲ ਵੱਟ ਕੜੀ ਲੱਗਦੀ ਆ ਕਣਕ ਦੀ, ਉਹਦੇ ਨਾਲ ਲੱਗਦਾ ਵਾ। ਉਹ ਕਹਿੰਦੇ ਤੇਰੀ 10 ਦਿਨ ਪਹਿਲਾਂ ਬੀਜੀ ਹੋਈ ਆ ਕਿ ਮੈਂ ਉਹਨਾਂ ਤੋਂ 7-8 ਦਿਨ ਬਾਅਦ 'ਚੋਂ ਬੀਜੀ ਆ ਜੀ। ਯਾਨੀ ਇਹਨਾਂ ਨੇ ਇਹਨਾਂ ਦੀ ਵੱਟ ਦੇ ਨਾਲ ਉਹ ਸਾਹਮਣੇ ਵੱਟ ਹੈਗੀ ਆ ਜਿਹੜੀ ਕਣਕ 10 ਦਿਨ ਜਿਹਨੇ ਪਹਿਲਾਂ ਬੀਜੀ ਆ, ਅੱਜ ਇਹਨਾਂ ਦੀ ਫਸਲ ਦੀ ਉਦੋਂ ਦੁੱਗਣੀ ਗਰੋਥ ਆ, ਜਦਕਿ ਇਹਨਾਂ ਨੇ 10 ਦਿਨ ਬਾਅਦ ਬੀਜੀ, ਉਹ ਅੱਜ 40 ਤੋਂ 45 ਦਿਨ ਦੀ ਫਸਲ ਹੋ ਚੁੱਕੀ ਆ ਅਤੇ ਇਹਨਾਂ ਦੀ 34-35 ਦਿਨ ਦੀ ਫਸਲ ਹੋਈ ਆ, ਅਤੇ ਉਹਦੀ ਗਰੋਥ ਮੰਨ ਲਓ ਇਹਦੀ ਜ਼ਿਆਦਾ ਵਾ। ਉਹ ਜ਼ਿਮੀਦਾਰ ਵੀ ਅੱਜ ਸਵੇਰ ਦਾ ਇਹਨਾਂ ਨੂੰ ਫੋਨ ਕਰ ਰਿਹਾ ਵੀ ਸਾਨੂੰ ਮਿਲੋ। ਬਿਲਕੁਲ ਜੀ, ਅਤੇ ਹੋਰ ਕੁਛ ਕਹਿਣਾ ਚਾਹੋ ਅਗਰ ਜ਼ਿਮੀਦਾਰਾਂ ਨੂੰ? ਮੈਂ ਤਾਂ ਹੋਰ ਕਹਿੰਦਾ ਜੀ ਇਹ ਪ੍ਰੋਜੈਕਟ ਪਾ ਕੇ ਦੇਖੋ ਜੀ, ਰਿਜ਼ਲਟ ਆਊਗਾ ਵਧੀਆ। ਐਗਤੀ ਆਪਾਂ ਪਹਿਲੀ ਵਾਰੀ ਦੇਖਿਆ ਇਹਨਾਂ ਦਾ, ਬਾਕੀ ਰਿਜ਼ਲਟ ਹਜੇ ਸਿਰੇ ਤੱਕ ਆਇਆ ਤਾਂ ਆਪਾਂ ਹੋਰ ਪਵਾਵਾਂਗੇ। ਬਿਲਕੁਲ ਬਿਲਕੁਲ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਹੁਣ ਸਾਨੂੰ ਗੌਰਮੈਂਟ ਵੀ ਔਰਗੈਨਿਕ ਵੱਲ ਨੂੰ ਲੈ ਕੇ ਜਾ ਰਹੀ ਆ, ਔਰ ਸਾਨੂੰ ਵੀ ਔਰਗੈਨਿਕ ਵੱਲ ਹੋਣਾ ਚਾਹੀਦਾ ਵਾ। ਇਵੇਂ ਸਾਡੇ ਜਿਹੜੇ ਵੈਸਟੀ ਦੇ ਪ੍ਰੋਡਕਟ ਨੇ ਉਹ 100% ਔਰਗੈਨਿਕ ਪ੍ਰੋਡਕਟ ਨੇ, ਬੂਸਟਰ ਪ੍ਰੋਡਕਟ ਨੇ, ਕਿਸਾਨ ਦੀ ਇਨਕਮ ਵਧਾ ਰਹੇ ਨੇ, ਜ਼ਿਮੀਦਾਰ ਦੀ ਇਨਕਮ ਵਧਾ ਰਹੇ ਨੇ, ਉਹਦਾ ਝਾੜ ਵਧਾ ਰਹੇ ਨੇ, ਔਰ ਉਹਦੀ ਫਸਲ ਦੀ ਗਰੋਥ ਕਰ ਰਹੇ ਨੇ। ਕਿਉਂਕਿ ਹੁਣ ਅਸੀਂ ਯੂਰੀਆ ਡਾਈ ਜੋ ਵੀ ਕੈਮੀਕਲ ਪਾ ਰਹੇ